ਬਾਬਾ ਰਾਮ ਸਾਹਿਬ ਪੀਰ ਦਰਬਾਰ ਚੱਕਣ ਐਸਟੀਆਰ ਕਰਥਾਣਾ ਦੇ ਪਾਵਨ ਦਰਬਾਰ ਚ ਪਹੁੰਚੀਆਂ ਹੋਈਆਂ ਤਮਾਮ ਰੱਬ ਵਰਗੀਆਂ ਰੂਹਾਂ, ਸਾਡੀਆਂ ਮਾਤਾਵਾਂ ਭੈਣਾਂ, ਸਾਡੇ ਵੀਰ ਬੱਚੇ ਬਜ਼ੁਰਗ, ਤੁਸੀਂ ਜਿੰਨੇ ਵੀ ਕਦਮ ਚੱਲ ਕੇ ਆਏ ਹੋ, ਤੁਹਾਡੇ ਹਰ ਕਦਮ ਨੂੰ ਕੋਟੀ ਕੋਟੀ ਸਲਾਮ ਸਜਦਾ ਕਰਦੇ ਹਾਂ। ਇੱਕ ਵਾਰ ਇਸ ਦਰਬਾਰ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰੀ। ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਪੂਰੀ ਪ੍ਰਬੰਧਕ ਕਮੇਟੀ ਦੇ, ਜਿਨ੍ਹਾਂ ਨੇ ਸਾਡੀ ਪੂਰੀ ਟੀਮ ਨੂੰ ਇੰਨੀ ਮੁਹੱਬਤ ਔਰ ਇੰਨੇ ਪਿਆਰ ਨਾਲ ਬੁਲਾ ਕੇ ਬਾਬਾ ਜੀ ਦੇ ਦਰਬਾਰ ਦੇ ਵਿੱਚ ਬਾਬਾ ਜੀ ਦੀ ਹਾਜ਼ਰੀ ਲਵਾਉਣ ਦਾ ਮੌਕਾ ਬਖਸ਼ਿਆ। ਔਰ ਇੱਕ ਤਾੜੀ ਉਹਨਾਂ ਸੇਵਾਦਾਰਾਂ ਵਾਸਤੇ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ ਇਸ ਪਾਵਨ ਦਰਬਾਰ ਨੂੰ ਹੀਰਿਆਂ ਵਾਂਗ ਸਜਾਇਆ। ਪਰ ਜ਼ੋਰਦਾਰ ਖਿੱਚ ਕੇ ਤਾੜੀ ਮਾਰ ਦਿਓ। ਬਾਬਾ ਰਾਮ ਸਾਹਿਬ ਪੀਰ ਜੀ ਦੇ ਮੁਰੀਦ, ਬਹੁਤ ਹੀ ਜ਼ਿਆਦਾ ਪਾਵਨ ਰੂਹ, ਅਲਮਸਤ ਬਾਪੂ ਹੁਕਮਾ ਰਾਮ ਜੀ ਮਹਾਰਾਜ, ਇੱਕ ਵਾਰ ਉਹਨਾਂ ਫਕੀਰਾਂ ਵਾਸਤੇ ਜ਼ੋਰਦਾਰ ਤਾੜੀ ਮਾਰ ਦਿਓ। ਔਰ ਇਸ ਦਰਬਾਰ ਦੇ ਸਾਡੇ ਸਤਿਕਾਰਯੋਗ ਬਾਬਾ ਰਾਮ ਸਾਹਿਬ ਪੀਰ ਜੀ ਦੇ ਮੁਰੀਦ ਗੱਦੀ ਰਸ਼ੀਨ ਬਾਬਾ ਜੀ, ਰਾਜੂ ਬਾਬਾ ਜੀ, ਪਰ ਉਹਨਾਂ ਲਈ ਵੀ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਹੈ ਜਿਨ੍ਹਾਂ ਦੀ ਰਹਿਨੁਮਾਈ ਅੰਦਰ ਇਹ ਅੱਜ ਦਾ ਜਾਗਰਣ ਹੋ ਰਿਹਾ। ਸੋ ਬਹੁਤ ਪਿਆਰੀ ਸੰਗਤ ਦਰਬਾਰ ਦੇ ਵਿੱਚ ਬੈਠੀ ਹੈ। ਮੈਂ ਜ਼ਿਆਦਾ ਦੇਰ ਉਸ ਖੂਬਸੂਰਤ ਆਵਾਜ਼ ਦੇ ਦਰਮਿਆਨ ਦੀਵਾਰ ਨਹੀਂ ਬਣਾਂਗਾ ਕਿ ਅੱਜ ਪਰ ਪਰ ਗੱਡੀਆਂ ਆਈਏ ਫੌਜ ਮੇਰੇ ਪੀਰ ਦੀ, ਅੱਜ ਪਰ ਪਰ ਗੱਡੀਆਂ ਆਈਏ ਫੌਜ ਮੇਰੇ ਪੀਰ ਦੀ, ਮੰਦਰ ਜਾ ਕੇ ਜੋਤ ਜਗਾਈਏ ਰੋਜ਼ ਮੇਰੇ ਪੀਰ ਦੀ, ਇਹ ਆਪੇ ਕੁਝ ਨਹੀਂ ਹੋ ਸਕਦਾ ਸਭ ਮੌਜ ਮੇਰੇ ਪੀਰ ਦੀ, ਸਭ ਮੌਜ ਮੇਰੇ ਪੀਰ ਦੀ। ਇਹ ਬਾਬਾ ਰਾਮ ਸਾਹਿਬ ਪੀਰ ਜੀ ਦੀ ਰਹਿਮਤ ਹੈ ਕਿ ਅੱਜ ਇੰਨੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਦਰਬਾਰ ਦੇ ਵਿੱਚ। ਔਰ ਬਾਬਾ ਜੀ ਵੀ ਦਰਬਾਰ ਦੇ ਵਿੱਚ ਤਸ਼ਰੀਫ ਲੈ ਕੇ ਆ ਰਹੇ ਨੇ। ਬਾਬਾ ਜੀ ਲਈ ਦੋ ਲਾਈਨਾਂ ਬੋਲਾਂਗਾ ਕਿ ਯੇ ਬਾਤ ਅਲਗ ਹੈ ਕਿ ਖਾਮੋਸ਼ ਖੜੇ ਰਹਤੇ ਹੈ, ਯੇ ਬਾਤ ਅਲਗ ਹੈ ਕਿ ਖਾਮੋਸ਼ ਖੜੇ ਰਹਤੇ ਹੈ, ਜੋ ਲੋਕ ਬੜੇ ਹੋਤੇ ਹੈ ਵੋ ਬੜੇ ਰਹਤੇ ਹੈ, ਐਸੇ ਭਕਤੋਂ ਸੇ ਮਿਲਤਾ ਹੈ ਹਮਾਰਾ ਜਜਰਾ, ਜਿਨਕੇ ਕਦਮੋਂ ਮੇਂ ਕਈ ਤਾਜ ਪੜੇ ਰਹਤੇ ਹੈ। ਬਾਬਾ ਜੀ ਦਰਬਾਰ ਦੇ ਵਿੱਚ ਆ ਰਹੇ ਨੇ। ਬਾਬਾ ਜੀ ਨੂੰ ਪਤਾ ਨਹੀਂ ਸਾਨੂੰ ਬੋਲਣਾ ਆਉਂਦਾ ਜਾਂ ਨਹੀਂ ਆਉਂਦਾ, ਪਰ ਜਦੋਂ ਬਾਬਾ ਜੀ ਦੇ ਦਰਸ਼ਨ ਹੋ ਜਾਂਦੇ ਨੇ ਰੂਹ ਗਦਗਦ ਹੋ ਜਾਂਦੀ ਹੈ, ਸਾਡੇ ਉਹੀ ਬੇੜੇ ਪਾਰ ਹੋ ਜਾਂਦੇ ਹੈ ਕਿ ਨਾ ਨਮਾਜ਼ ਆਤੀ ਹੈ, ਨਾ ਨਮਾਜ਼ ਆਤੀ ਹੈ ਨਾ ਵਜੂ ਆਤਾ ਹੈ, ਨਾ ਨਮਾਜ਼ ਆਤੀ ਹੈ ਨਾ ਵਜੂ ਆਤਾ ਹੈ, ਮੈਂ ਸਜਦਾ ਕਰ ਲੇਤਾ ਹੂੰ ਜਬ ਸਾਹਮਣੇ ਤੂੰ ਆਤਾ ਹੈ। ਜ਼ਿਆਦਾ ਦੇਰ ਦੀਵਾਰ ਨਾ ਬਣੀਏ। ਅੱਛਾ, ਜਿਹੜੇ ਭਗਤ ਬਾਬਾ ਰਾਮ ਸਾਹਿਬ ਪੀਰ ਜੀ ਦੇ ਦਰਬਾਰ ਤੇ ਪੈਦਲ ਜਾਣਾ ਚਾਹੁੰਦੇ ਨੇ ਇੱਕ ਵਾਰ ਦੋਵੇਂ ਹੱਥ ਖੜੇ ਕਰਕੇ ਦੱਸੋ ਜਰਾ। ਅੱਛਾ, ਇਹ ਦੋ ਚਾਰ ਜਣੇ ਚਾਹੁੰਦੇ ਨੇ, ਤੁਸੀਂ ਨਹੀਂ ਚਾਹੁੰਦੇ, ਤੁਹਾਨੂੰ ਤੁਹਾਡਾ ਜੀ ਨਹੀਂ ਕਰਦਾ ਬਾਬੇ ਦੇ ਦਰਬਾਰ ਤੇ ਜਾਣ ਦਾ, ਕਰਦਾ ਨਾ? ਅੱਛਾ, ਇੱਦਾਂ ਦੇ ਕਿੰਨੇ ਭਗਤ ਹੈ ਜਿਨ੍ਹਾਂ ਦਾ ਜੀ ਬਹੁਤ ਕਰਦਾ ਦਰਬਾਰ ਤੇ ਜਾਣ ਨੂੰ, ਪਰ ਉਹਨਾਂ ਤੋਂ ਜਾਇਆ ਨਹੀਂ ਜਾਂਦਾ, ਕੋਈ ਨਾ ਕੋਈ ਮਜਬੂਰੀ ਮਾਰ ਜਾਂਦੀ ਹੈ, ਕੋਈ ਨਾ ਕੋਈ ਕੰਮ ਇਹੋ ਜਿਹਾ ਅੜਦਾ ਕਿ ਬਾਬੇ ਦੇ ਦਰਬਾਰ ਤੇ ਚਾਹ ਕੇ ਵੀ ਨਹੀਂ ਜਾ ਹੁੰਦਾ। ਔਰ ਜਿਨ੍ਹਾਂ ਭਗਤਾਂ ਦਾ ਜੀ ਕਰਦਾ ਬਾਬੇ ਦੇ ਦਰਬਾਰ ਤੇ ਜਾਣ ਨੂੰ, ਉਹਨਾਂ ਦੀ ਅੱਜ ਜਿਹੜੀ ਇੱਛਾ ਉਹ ਕਬੂਲ ਹੋ ਜਾਣੀ ਹੈ। ਬਸ ਆਪਣੇ ਦੋਵੇਂ ਹੱਥ ਖੜੇ ਕਰਕੇ ਇੱਕ ਵਾਰ ਦਿਲੋਂ ਜੈਕਾਰਾ ਲਾ ਦਿਓ ਬਾਬਾ ਰਾਮ ਸਾਹਿਬ ਪੀਰ ਦਾ, ਤੁਹਾਡੇ ਜੈਕਾਰੇ ਦੀ ਆਵਾਜ਼ ਬਾਬਾ ਰਾਮ ਸਾਹਿਬ ਪੀਰ ਦਰਬਾਰ ਰੁਣੀਚਾ ਤੱਕ ਪਹੁੰਚਣੀ ਚਾਹੀਦੀ ਹੈ। ਪਤਾ ਲੱਗਣਾ ਚਾਹੀਦਾ ਹੈ ਕਿ ਕੜਸਾਣਾ ਤਿੰਨ ਐਸਟੀਆਰ ਦਰਬਾਰ ਦੇ ਵਿੱਚ ਜਾਗਰਣ ਹੋ ਰਿਹਾ ਹੈ, ਔਰ ਉੱਥੇ ਇਹੋ ਜਿਹੀਆਂ ਪਿਆਰੀਆਂ ਰੂਹਾਂ, ਪਿਆਰੀਆਂ ਸੰਗਤਾਂ ਆਈਆਂ ਹੋਈਆਂ ਨੇ ਜਿਨ੍ਹਾਂ ਨੂੰ ਬੜੀ ਖੁਸ਼ੀ ਹੈ ਦਰਬਾਰ ਦੀ ਇਸ ਜਾਗਰਣ ਦੀ ਇਸ ਮੇਲੇ
इस दरबार तो बाबा राजू बाबा जी के रहनुमाई अंदर एक पैदल यात्री संघ जा रहा है। जय बाबा रामदेव पैदल यात्री संघ। एक बार जोरदार ताली मार दो संघ वास्ते। ਤੇ ਉਹ ਸੰਘ ਹੈ ਜਿਹਨਾਂ ਨੇ ਜਿੰਮਾ ਚੱਕਿਆ ਹੈ ਕਿ ਜਿੰਨੇ ਵੀ ਭਗਤ ਨੇ ਜਿੰਨੀਆਂ ਵੀ ਸੰਗਤਾਂ ਨੇ ਸਾਰਿਆਂ ਨੂੰ ਬਾਬਾ ਰਾਮ ਸਾਹਿਬ ਪੀਰ ਜੀ ਦੇ ਦਰਸ਼ਨ ਕਰਵਾ ਕੇ ਲਿਆਉਣੇ ਨੇ। ਇਹ ਜਿਹੜਾ ਸੰਘ ਹੈ ਇਹਨਾਂ ਦੇ ਪ੍ਰਧਾਨ ਸਾਹਿਬ ਜਨਾਬ ਮਨੋਹਰ ਲਾਲ ਜੀ ਦਿਨੋਦੀਆ ਔਰ ਕੈਸ਼ੀਅਰ ਸਾਹਿਬ ਸ਼੍ਰੀਮਾਨ ਰਘੁਵੀਰ ਸਿੰਘ ਜੀ। ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। 31 ਤਰੀਕ ਨੂੰ ਇੱਥੋਂ ਸੰਘ ਰਵਾਨਾ ਹੋਣਾ ਹੈ ਔਰ ਜਿਹਨਾਂ ਨੇ ਨਹੀਂ ਵੀ ਜਾਣਾ ਨਾ, ਜਿਹਨਾਂ ਨੇ मान लो पैदल नहीं भी जाना, उन्होंने मैं गुजारिश करूंगा कि जेड़े भगत पैदल जाएंगे उन्होंने तुसी घट तो घट 1 किलोमीटर दूर तक उन्होंने तोर के आना जाओगे ना। जेड़े बाबा राम साहब जी नाल प्यार करते हैं एक बार दोवे हाथ खड़े करके जयकारा ला दो और सदा दई इस खूबसूरत आवाज न जिन्हों का थानू बड़ी बेसब्री के नाल इंतजार। दोवे हाथ खड़े करके जेड़े बाबा राम साहब जी नाल प्यार करते हैं, जेड़े पिछे भरा मेरे खड़े ने उन्होंने भी गुजारिश करांगे कि दोवे हाथ खड़े करके जयकारा ला दो। जेड़े इस दरबार को प्यार करते हैं दोवे हाथ खड़े करके उच्ची आवाज में जयकारा लाना सारिया ने। दोवे हाथ खड़े करने हैं मेरिया भैन तक ऐ बैठने जमे घरे सिलेंडर मुक गया होगा की गल सू खुशी नहीं गई इस जागरण की। जयकारा लाओ थोड़िया सारिया मनोकामनावां पूरिया हो जाए मेरा विश्वास है। दोवें हाथ खड़े करके जयकारा ला दो। ਹੁਣ ਸਦਾ ਦਈਏ ਖੂਬਸੂਰਤ ਆਵਾਜ਼ ਨੂੰ ਜਿਹਨਾਂ ਦਾ ਬੈਨਰ ਤੁਸੀਂ ਵੇਖ ਲਿਆ ਹੋਣਾ। ਭਾਜੀ ਦਾ ਅੱਜ ਹੀ ਇੱਕ ਭਜਨ ਰਿਲੀਜ਼ ਹੋਇਆ ਹੈ ਰੁਣੀਚਾ ਮੇ ਹੁਕਮ ਚਲੇ। ਇੱਕ ਵਾਰ ਜ਼ੋਰਦਾਰ ਤਾੜੀ ਮਾਰ ਦਿਓ। ਇਹ ਭਜਨ ਤੁਸੀਂ ਯੂਟਿਊਬ 'ਤੇ ਦ ਨਹਿਰ ਬੋਇਜ਼ ਯੂਟਿਊਬ ਚੈਨਲ 'ਤੇ ਜਾ ਕੇ ਤੁਸੀਂ ਸੁਣ ਸਕਦੇ ਹੋ। ਸੋ ਸਭ ਤੋਂ ਪਹਿਲਾਂ ਤੁਸੀਂ ਇਹ ਭਜਨ ਸੁਣਨਾ, ਉਸ ਤੋਂ ਬਾਅਦ ਭਜਨ ਨੂੰ ਲਾਈਕ ਕਰਨਾ। ਉਹ ਜਿਹੜਾ ਗੁੱਠਾ ਹੁੰਦਾ ਨਾ ਤਾਹਾਂ ਨੂੰ ਉਹ ਦੱਬਣਾ ਹੈ, ਉਹ ਥੱਲੇ ਵਾਲਾ ਨਾ ਦੱਬ ਦਿਓ ਕਿਤੇ। ਲਾਈਕ ਕਰਨਾ ਹੈ, ਅਗਰ ਭਜਨ ਵਧੀਆ ਲੱਗੇ ਤਾਂ ਕਮੈਂਟ ਵੀ ਕਰਨਾ ਹੈ ਔਰ ਵੱਧ ਤੋਂ ਵੱਧ ਇਸ ਭਜਨ ਨੂੰ ਸ਼ੇਅਰ ਕਰਨਾ। एक बार जोरदार ताली मार दो। आ जी लाइटिंग और डेकोरेशन तुम देख रहे हो, शिव लाइट एंड डेकोरेशन की सेवा दे रहे हैं घड़साने को। एक बार जोरदार ताली मार दो। बहुत सोहनी डेकोरेशन की है भाई हमने और मक्खन वर्ग मलाई वर्गी साउंड जी आवाज वो थोड़े तक पहुँचा रही है। करनी कृपा साउंड साई मंडी घड़साना। एक बार जोरदार ताली मार दो। बड़ी खूबसूरत साउंड है। ਗਿਆਨੀ ਵਿਗਿਆਨੀ ਬੱਚਿਆਂ ਵੀਰ ਬਜ਼ੁਰਗ ਬੇਟੀਆਂ ਭੈਣਾਂ ਸਾਰੇ ਜਿੰਨੇ ਬਾਬਾ ਜੀ ਦੇ ਦਰਬਾਰ ਤੇ ਬੈਠੇ ਹਨ ਸਾਰਿਆਂ ਨੂੰ ਜੈ ਬਾਬੇ ਜੀ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ। ਤੁਸੀਂ ਸਾਰੇ ਠੀਕ ਹੋ? ਸਾਰੇ ਕਹਿ ਦਿਓ ਜੈ ਬਾਬੇ ਜੀ। ਸੰਤ ਮਹਾਂਪੁਰਸ਼ ਗਿਆਨੀ ਵਿਗਿਆਨੀ ਸਾਡੇ ਗੁਰਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਕੋਟਾਂ ਕੋਟ ਪ੍ਰਣਾਮ। ਅਦਬ ਅਦਬ ਸ਼ੁਕਰਾਨਾ ਹੈ। ਵਾਰੇ ਵਾਰੇ ਜਾਈਏ ਸੰਤ ਮਹਾਂਪੁਰਸ਼ਾਂ ਦੇ ਜਿਨ੍ਹਾਂ ਦਾ ਤਪ ਤੁਸੀਂ ਦੇਖ ਹੀ ਰਹੇ ਹੋ। ਆਗ ਲਗੀ ਆਕਾਸ਼ ਮੇਂ ਔਰ ਝਰਝਰ ਪੜੇ ਅੰਗਾਰ, ਸੰਤ ਨਾ ਹੋਤੇ ਜਗਤ ਮੇਂ ਤੋ ਜਲ ਮਰਦਾ ਸੰਸਾਰ, ਸੰਤ ਨਾ ਹੋਤੇ ਜਗਤ ਮੇਂ ਤੋ ਜਲ ਮਰਦਾ ਸੰਸਾਰ। ਦਿਓ ਅਸੀਂ ਤੇ ਸ਼ੁਰੂ ਕਰੀਏ।
बहुत ज्यादा खूबसूरत साउंड साडे गुरु जी साडे वड्डे पैसा करनी कृपा लाइव साउंड लिए जोरदार तुसीं ताड़ियां बजा दो ते आशीष दे दो कि इहनां दा पूरी दुनिया जिहड़ी साउंड बजे करो कृपा गुरु दे महाराज आगे हो सिमरू माते सरस्वती मेरे कंठ करो परले नर धरया ए जी भरो हे लो सुनो बोलिए दीन सिया धाम की बोलिए द्वारका नाथ की बोलिए बाबू हुक्माराम जी महाराज की बहुत प्यारा भजन है आप सारे मिलके मेरे साथ गाएंगे रामा धनी ओ महाराज रामा धनी रामा धनी ओ महाराज एक ही पैसा मिलो लाइक लाइक रामा धनी यो सारी संगत ताड़ियां बजा के भावना सुखावे जा पर मेरे धनी
ਉਜਮਲ ਘਰੇ ਵਪਾਰ ਕੀ ਤੁਹਾਡਾ ਤੁਹਾਡਾ ਇੱਥੇ ਦਰਬਾਰ ਤੇ ਹੋਣ ਦਾ ਇੱਕ ਵਜੂਦ ਦੇ ਦੋ ਜ਼ੋਰਦਾਰ ਜੈਕਾਰਾ ਲਾ ਕੇ ਬੋਲੀ ਅਜਮਲ ਘਰੇ ਵਪਾਰ ਕੀ ਸ਼ੁਕਰੀਆ ਮੇਰੇ ਛੋਟੇ ਵੀਰ ਨੇ ਵੈਸੇ ਤੁਹਾਨੂੰ ਦੱਸਦਾ ਸੀ ਬਾਕੀ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ ਆਪਣਾ ਅੱਜ ਹੀ ਭਜਨ ਰਿਲੀਜ਼ ਹੋਇਆ ਰੂੜੀ ਚਾਹ ਮੇਂ ਹੁਕਮ ਚੱਲੇ ਬਹੁਤ ਹੀ ਜਲਦੀ ਤੁਹਾਡੀ ਨਜ਼ਰ ਕਰ ਦੇਣਾ ਹੈ ਯਾਦ ਰੱਖਿਓ ਤੁਹਾਡਾ ਆਪਣਾ ਬੱਚਾ ਵੀਰ ਭਰਾ ਬਲਜਿੰਦਰ ਮੁੱਗਾ ਤੁਹਾਡੇ ਇੱਕ ਇਸ਼ਾਰੇ ਨਾਲ ਗੱਲ ਬਣ ਜਾਣੀ ਹੈ ਸਾਡੇ ਬੜੇ ਹੀ ਆਦਰਨੀ ਪਰਮ ਸਤਿਕਾਰਯੋਗ ਅਲਮਸ ਬਾਪੂ ਹੁਕਮਾ ਰਾਮ ਜੀ ਮਹਾਰਾਜ ਦੇ ਬੇਟੇ ਉਹਨਾਂ ਦੇ ਪੋਤੇ ਸੁਰਿੰਦਰ ਵੱਡੇ ਭਾਈ ਸਾਹਿਬ ਪੁੱਤਰ ਤਸ਼ਰੀਫ ਫਰਮਾਨ ਨੇ ਬਾਪੂ ਜੀ ਨਾਲ ਗੁਰੂ ਜੀ ਦੇ ਨਾਲ ਬੈਠੇ ਨੇ ਉਹਨਾਂ ਦੇ ਸੰਬੋਧਨ ਲਈ ਤੁਹਾਡੀਆਂ ਮੈਂ ਥੋੜੀ ਜਿਹੀ ਤਾਰੀਆਂ ਚਾਹੁੰਦਾ ਹਾਂ ਸੁੰਦਰ ਸੁਰਿੰਦਰ ਭਾਈ ਸਾਹਿਬ ਪਤਰੇ ਵਾਲਾ ਧਾਨ ਤੋਂ ਅੱਜ ਬਾਪੂ ਅਮੀਤ ਸਿੰਘ ਜੀ ਨਹੀਂ ਪਹੁੰਚੇ ਉਹ ਰਾਮਦੇਵ ਨਾਲ ਪਹੁੰਚੇ ਹੋਏ ਮੇਰਾ ਪੀਰ ਦੀਵਾਨਾ ਹੈ ਦਾਮਤੀ ਨੇ ਸਿਆਰ
कृष्ण मुरारी का मेरा पीर दीवाना है मेरा बाबा दीवाना है ये भोले भगताना भगत दीवाना है मेरे प्यारे सुगुरु भगत दीवाना है हरी प्यारी सूरत मेरा पीर दीवाना है ये भोले भगताना ये भोला भगत दीवाना है बाबा तेरी प्यारी सूरत का बाबा भगत दीवाना है तेरी प्यारी सूरत का बाबा भगत दीवाना है जी तेरी प्यारी सूरत का अरदास विनती लगा रहे हैं कि बाबा जी थे तारिया कई नर तरिया और मारो भी हेलो सुनो सुनो हे थाने हे लापे हे लो हे जीते हो महाराज सोना राजा लगबाज रे हमारा बाबा शंख नगाड़ा बाज रे आज रे शंख नगाड़ा बाज रे हमारा बाबा सोन धीरा बाज रे सोना का छाल बाज रे हमारा बाबा भगत घरों पर नाच दिया हे थाने हे Yeah.
देखो भाई सारी संगत है। मेरे एक शेर आ याद आ गया तुझे, दो लाइन बोलना, हालांकि भजन के बोलना नहीं चाहिए पर मैं बोल देना। प्यार वर्गी, प्यार वर्गा कोई अमृत नहीं, प्यार वर्गा अमृत नहीं ते नफरत वर्गी जहर नहीं, प्यार जिहा अमृत नहीं ते नफरत वर्गी जहर नहीं, घर वर्गी सरदारी नहीं ते दुनिया वर्गी सैर नहीं, प्यो वर्गा सिर हाथ नहीं, प्यो वर्गा सिर हाथ नहीं ते मां वर्गा कोई पैर नहीं, रलिया वर्गा सेगा है नहीं ते खिलर गया दी खैर नहीं, खिलर गई पंड तूड़ी वर्गी बाल गया उड़ जानी, जे गल गगड़ दी फिर सुतनी आनी। बोलो द्वारका नाथ की, सारे मना तारियां बजा के ये थन हे लाते हैं
बड़ी आज खुशी की बात है कि बाबा जी के दरबार में हर वर्ष की भांति इस वर्ष भी आप लोग सभी दरबार में पहुंचे हो, बधाई के पात्र हो। और देखो सभी कलाकार अपने भजनों का रंग बिखेर रहे हैं, तो आपको मंग होनी चाहिए, चाह होना चाहिए। ये चाय तो अपने रोज ही पीते हैं घर में, तो खुशी के साथ अपनी अपनी जगह पर खड़े होकर पूरी संगत ने आजमी बनानी है। ओ खम्मा 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 ओ कंवर अजमाल रा,
अजमल जी के इसका आगे का इतिहास आप सब जानते हैं कि अजमल जी महाराज जब द्वारकापुरी गए विष्णु भगवान से भेंट वार्ता हुई तो कवियों ने किस तरह कल्पना की है कि आज खुशी है, वैसे ही अजमल जी महाराज के घर में खुशी खुशी। तो कवि ने किस तरह कल्पना की है, अजमल जी के अजमल जी के जे देखा तेरी रहमत बल्ले
पंजाबी भजन है, दो चार दिन पहले रिलीज होया पीर दरचल। मैर हो जो तू पीर दर चल संगते, मैर हो जो तू बाबे दर चल संगते, मैर ¡Gracias!
आदरणीय साडे प्रधान जी हमेशा सानू हुकम करदे आ, अज वी उन्होंने स्पैशली हुकम कीता है ते असीं I'm not afraid.
अच्छी किस्मत करा मैं शमा तेरी मौत लग गई है कोई थोड़ भी ना रही है और हुजूर जरूर करना मेरे तरलियां ते हत्था जोड़ियां दी।
ਮੈਨੂੰ ਲੋੜ ਤੁਸਾਂ ਦੀ ਹਰ ਵੇਲੇ ਤੁਸਾਂ ਲੋੜ ਕੀ ਅਸਾਂ ਬੇਲੋੜਿਆਂ ਦੀ ਡਿੱਗੀ ਦਰਦ ਹਾਡੜੇ ਆਣਗੇ ਤੇ ਮਾਰੀ ਹੋਈ ਮੈਂ ਧੱਕਿਆਂ ਤੋੜਿਆਂ ਦੀ ਮੇਰੇ ਵਾਸਤੇ ਤਾਜ ਸਿਕੰਦਰੀ ਏ ਬਾਪੂ ਜੀ ਧੂੜ ਤੁਸਾਂ ਦੇ ਜੋੜਿਆਂ ਦੀ ਬਾਬਾ ਧੂੜ ਤੁਸਾਂ ਦੇ ਜੋੜਿਆਂ ਆਓ ਜੀ ਮੈਂ ਮਾਂ ਬੜੀ ਮਹਾਨ ਹੈ ਮੈਂ ਸਦਕੇ ਸਿੱਧ ਤਪੱਸਵੀ ਜੀ ਦੀ
महाराज की
ਨਾਥ ਕੀ ਜੰਗਤੋਂ ਰਾਹੁਲ ਧਵਨ ਕਰਨ ਭਾਈ ਸਾਹਿਬ ਹਨੂਮਾਨਗੜ੍ਹ ਤੋਂ ਮਨੋਜ ਜੀ ਜੀ ਮਨੋਜ ਜੀ ਮੋਇਲ ਮਾਇਲ ਇਹ ਦੁਆਰਕਾ ਨਾਥ ਦੁਆਰਕਾ ਦੇਸ਼ ਦਾ ਦਰਬਾਰ ਹੈ ਸਾਰਿਆਂ ਦੀ ਹਾਜ਼ਰੀ ਲੱਗੇ ਮੇਰੇ ਨਿਮਾਣੇ ਤੇ ਤਰਸ ਖਾ ਕੇ ਮੈਨੂੰ ਪਤਾ ਨਹੀਂ ਇੰਨਾ ਜ਼ਿਆਦਾ ਟਾਈਮ ਕਾਹਤੋਂ ਦੇ ਦਊ ਮੈਂ ਜਾਣਦਾ ਨਹੀਂ ਉਹ ਤੋਂ ਸਤਿਗੁਰੂ ਜਾਣਦੇ ਆ ਬਾਬਾ ਜੀ ਜਾਣਦੇ ਆ ਸਰਨ ਕਰੋ ਚੌਥੇ ਤੋਂ ਹੁਣ ਲਾਈਵ ਆਊਗਾ ਸਾਰੇ
Oh,